ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੱਦਾਂ ਨਾ ਕੰਧਾਂ ਬਣੀਆਂ ਹੁੰਦੀਆਂ ਅਤੇ ਮਸ਼ੀਨ ਨਾਲ ਚੱਕ ਕੇ ਉੱਤੇ ਧਰ ਦੇ ਦੀਆਂ, ਉੱਧਰ ਖੜੀਆਂ ਕਰ ਦੇ ਦੀਆਂ। ਆਹ ਦੇਖੋ ਆ ਗਈਆਂ ਨਾ ਕੰਧਾਂ ਬਣੀਆਂ ਬਣਾਈਆਂ। ਅਤੇ ਇੱਦਾਂ ਫਿਰ ਲਾਈਨਾਂ ਲਾ ਕੇ ਅਤੇ ਕੰਧਾਂ ਚੱਕ ਦੇ ਦੀਆਂ। ਅਤੇ ਪਲੀਜ਼ ਲਾਈਕ ਸਬਸਕ੍ਰਾਈਬ ਤਾਂ ਜ਼ਰੂਰ ਕਰ ਦਿਆ ਕਰੋ ਆਪਣਾ ਚੈਨਲ। ਆ ਦੇਖੋ ਕੰਧਾਂ ਬਣੀਆਂ ਹੋਈਆਂ ਨਾ, ਕੰਧਾਂ ਥੱਲੇ ਹੀ ਬਣਾ ਲਈਦੀਆਂ, ਬਾਅਦ 'ਚ ਖੜੀਆਂ ਕਰਕੇ ਲੈਵਲ ਲੂਵਲ ਲਾ ਕੇ ਅਤੇ ਖੜੀਆਂ ਕਰ ਦੇ ਦੀਆਂ। ਹੋਰ ਲੱਖੇ ਵੀਰ ਕੀ ਹਾਲ? ਠੀਕ ਆ। ਵੱਡੀ ਕੰਪਨੀ ਆ ਆਪਣੀ, ਅਤੇ ਜਿਹੜੀ ਸਾਡੀ ਕੰਪਨੀ ਆ ਇਹ ਮਤਲਬ ਲਾ ਲਓ ਪੀ ਸੀ ਦੇ ਵਿੱਚ ਵੱਡੀ ਆ। ਜ਼ੋਰ ਫਿਰ ਐਂ ਤਾਂ ਅੱਜ ਬੱਦਲ ਨੇ, ਅਜੇ ਮੌਸਮ ਠੀਕ ਆ। ਦੂਜੀ ਫਲੋਰ ਦੀਆਂ ਕੰਧਾਂ ਚੱਕ ਰਹੇ ਆ, ਸੈਕਿੰਡ ਫਲੋਰ ਦੀ। ਇਹ ਜਿਹੜੇ ਅਪਾਰਟਮੈਂਟ ਹੁੰਦੀ ਆ, ਸੋਰੀ ਟਾਊਨ ਹਾਊਸ ਹੁੰਦੇ ਆ, ਇਹ ਹੁੰਦੇ ਆ 3-3 ਮੰਜ਼ਿਲਾਂ, ਅਤੇ ਜਿਹੜੀ ਅਪਾਰਟਮੈਂਟ ਹੁੰਦੀ ਆ ਲੱਕੜ ਵਾਲੀ ਉਹ ਹੁੰਦੀ ਹੈ 6 ਫਲੋਰੀ। ਜਿਹੜੀ ਲੱਕੜ ਵਾਲੀ ਆ 6 ਫਲੋਰ ਤੱਕ ਮੇਰੇ ਹਿਸਾਬ ਨਾਲ ਬਣਾ ਸਕਦੇ ਹਾਂ, ਉਸ ਤੋਂ ਜ਼ਿਆਦਾ ਨਹੀਂ। ਫਿਰ ਬਾਕੀ ਜ਼ਿਆਦਾ ਦੂਜੀ ਸੀਮੈਂਟ ਵਾਲੀ ਹੁੰਦੀ ਆ। ਕੰਧਾਂ ਨੇ ਇਹ ਪਾਰਟੀ ਵਾਲਾਂ ਕਹਿੰਦੇ ਆ, ਅੰਦਰ ਵਾਲੀਆਂ ਕੰਧਾਂ ਜਿਹੜੇ ਘਾਹ ਡਿਵਾਈਡ ਹੋਣੇ ਆ। Yeah, I'm telling you, baby.